ਜਿਹੜਾ ਤਖ਼ਤੇ ਅਕਬਰੀ ਹੈ ਇਹ ਜਿਉਂਦਾ ਜਾਗਦਾ ਇਤਿਹਾਸ ਹੀ ਨਹੀਂ ਬਲਕਿ ਬਹੁਤ ਜ਼ਿਆਦਾ ਖਾਸ ਹੈ, ਕਿਉਂਕਿ ਅਸੀਂ ਕਿੰਨੇ ਕਿਹੋ ਜਿਹੇ ਰਾਜੇ ਹੋਏ ਹੈ ਜਿਨ੍ਹਾਂ ਨੂੰ ਅਸੀਂ ਗ੍ਰੇਟ ਕਹਿੰਦੇ, ਅਕਬਰ ਦਾ ਗ੍ਰੇਟ, ਜਿਹਨੂੰ ਜਿਹਦਾ ਨਾਂ ਲੈ ਕੇ ਬੰਦੇ ਨੂੰ ਫਖਰ ਹੁੰਦਾ। ਅਤੇ ਜਿੱਥੇ ਉਹਦੀ ਤਾਜਪੋਸ਼ੀ ਹੋਈ, ਇੰਗਲੈਂਡ ਦੇ ਵਿੱਚ ਮੈਂ ਜਾਂਦਾ, ਅਗਲੇ 20 ਪਾਊਂਡ ਲੈਂਦੇ ਆ, 20 ਪਾਊਂਡ ਲੈ ਕੇ ਉਹ ਤੁਹਾਨੂੰ ਲਿਜਾਂਦੇ ਆ ਜਿੱਥੇ ਸੀਜ਼ਰ ਦੀ ਕੋਰੋਨੇਸ਼ਨ ਹੋਈ ਸੀ, ਜਿਹੜੇ ਸੀਜ਼ਰ ਉਹਨਾਂ ਦਾ ਵੱਡਾ ਰਾਜਾ ਸੀ। ਅਤੇ ਉੱਥੇ ਇੱਕ ਰੋੜਾ ਜਿਹਾ ਲੱਗਿਆ ਅਤੇ ਉੱਥੇ 20 ਪਾਊਂਡ ਲਿਜਾਂਦੇ ਆ, ਮਤਲਬ 20 ਪਾਊਂਡ ਮਤਲਬ ਹਿਸਾਬ ਲਾ ਲਓ ਤੁਸੀਂ 2000 ਰੁਪਈਏ ਦੀ ਟਿਕਟ। ਅਤੇ ਉੱਥੇ ਕਹਿੰਦੇ ਆ ਦਿਸ ਇਜ਼ ਵੇਅਰ ਜੂਲੀਅਸ ਸੀਜ਼ਰ ਵਾਸ ਕਰਾਊਨਡ, ਕੋਰੋਨੇਸ਼ਨ ਹੋਈ ਸੀ। ਅਤੇ ਸਾਡੇ ਇੱਥੇ ਦੇਖੋ ਤੱਪੜ ਰੋਲੇ ਪਏ ਆ। ਇਹ ਇਹਦੇ ਨਾਲ ਪਰਸ਼ੀਅਨ ਖੂਹ ਸੀ, ਜਿਹੜੀ ਇਹਦੀ ਪੁਰਾਣੀ ਓਰੀਜਨਲ ਇੱਟ ਸੀ ਉਹਦੇ 'ਤੇ ਸੀਮੈਂਟ ਫੇਰ ਛੱਡਿਆ। ਉਹ ਖੂਹ ਦੇ ਥੱਲੇ ਚੈਨਲਾਂ ਸੀਗੀਆਂ ਜਿੱਥੋਂ ਪਾਣੀ ਆਉਂਦਾ ਸੀ। ਇਹ ਸਾਰਾ ਅੰਬ ਉਂਬ ਲੱਗੇ ਸੀ ਔਰ ਬਾਗ ਸੀ ਪੂਰਾ। ਅਸੀਂ ਇੱਥੇ ਜੋ ਸਾਡੇ ਭਰਾ ਨੇ ਜ਼ਮੀਨ ਥੋੜ੍ਹੀ ਜਿਹੀ ਅਕਵਾਇਰ ਕਰਾਂਗੇ, ਉਹਨਾਂ ਨੂੰ 2 ਦੁੱਗਣੀ ਤਿੱਗਣੀ ਨਾਲ ਦੇਵਾਂਗੇ, ਸਮਝ ਨਹੀਂ। ਇੱਥੋਂ ਕਰੀਬ ਕਰੀਬ 5-6 ਏਕੜ ਥਾਂ ਲੈ ਕੇ, ਜਿਹੜੀ ਕਿ ਗੁਰਦੁਆਰਾ ਸਾਹਿਬ ਨਾਲ ਵੀ ਹੋਊਗੀ, ਕੁਛ ਪੁਰਾਣਾ ਪ੍ਰਾਚੀਨ ਸ਼ਿਵ ਮੰਦਰ ਹੈ ਉਹਦੇ ਨਾਲ ਵੀ ਹੋਊਗੀ, ਔਰ ਇੱਥੇ ਪਾਰਕਿੰਗ ਲਾ ਕੇ ਇਸ ਖੂਹ ਨੂੰ ਰਿਵਾਈਵ ਕਰਾਂਗੇ, ਉਹਦੀਆਂ ਚੈਨਲਾਂ ਨੂੰ ਰਿਵਾਈਵ ਕਰਾਂਗੇ, ਜਿਹੜੀ ਥੱਲੇ ਸੀਮੈਂਟ ਲਾ ਕੇ ਉੱਤੇ ਜਿਹੜਾ ਪੁਰਾਣਾ ਉਹਦੀ ਓਰੀਜਨੈਲਿਟੀ ਖਤਮ ਕਰਤੀ ਉਹਨੂੰ ਰਿਵਾਈਵ ਕਰਾਂਗੇ। ਇੱਥੇ ਪੁਰਾਣੀ ਦੰਤ ਕਥਾ ਹੈ ਕਿ ਨੀਲਾ ਪੱਥਰ ਲੱਗਾ ਹੁੰਦਾ ਸੀਗਾ, ਜਿਹੜਾ ਕਿ ਉਦੋਂ ਅਫਗਾਨਿਸਤਾਨ 'ਚ ਆਉਂਦਾ ਹੁੰਦਾ ਸੀਗਾ। ਜਿਹੜਾ ਵੀ ਪੱਥਰ ਲੱਗ ਸਕਦਾ ਸੋਹਣੇ ਤੋਂ ਸੋਹਣਾ, ਉਹ ਪ੍ਰੋਪਰ ਤਰੀਕੇ ਨਾਲ ਲਾ ਕੇ ਇਸ ਹਿਸਟੋਰੀਕਲ ਜਗ੍ਹਾ ਨੂੰ ਨਾ ਸਿਰਫ ਪ੍ਰਿਜ਼ਰਵ ਕਰਾਂਗੇ ਬਲਕਿ ਇੰਨੀ ਸੋਹਣੀ ਬਣਾ ਦੇਵਾਂਗੇ, ਇਹਦੀ ਅਪਰੋਚ ਰੋਡ ਐਡੀ ਵਧੀਆ ਬਣਾ ਦੇਵਾਂਗੇ ਕਿ ਸੈਲਾਨੀ ਬਾਹਰੋਂ ਆਉਣ ਔਰ ਵੇਖਣ ਕਿ ਸਾਡੇ ਕੋਲ ਐਡਾ ਉੱਚਾ, ਐਡਾ ਸੁੱਚਾ ਔਰ ਐਡਾ ਵੱਡਾ ਇਤਿਹਾਸ ਹੈ। ਅਸੀਂ 32 ਸਾਈਟਾਂ ਚੁਣੀਆਂ ਨੇ, ਉਹਨਾਂ 32 ਸਾਈਟਾਂ ਦੇ ਵਿੱਚ ਜਿਹੜੀਆਂ ਮੈਨੂੰ ਐਕਸਾਈਟ ਕਰਦੀਆਂ ਨੇ, ਇੱਕ ਪੁੱਲ ਮੋੜਾ ਹੈ ਅੰਮ੍ਰਿਤਸਰ 'ਚ, ਕੱਲ੍ਹ ਉੱਥੇ ਜਾਵਾਂਗੇ। ਅੱਜ ਇਹ ਜਿਹੜੀ ਹੈ ਕਲਾਨੌਰ, ਇਹ ਸਾਡੇ ਅੰਡਰ ਹੈ ਔਰ ਅਸੀਂ ਪੁਰਾਣਾ ਗਜਟ ਕਢਾ ਰਹੇ ਹਾਂ, ਪੁਰਾਣਾ ਗਜਟ ਕਢਾ ਰਹੇ ਹਾਂ ਕਿਉਂਕਿ ਉਹਦੇ 'ਚ ਸਾਨੂੰ ਨਕਸ਼ਾ ਲੱਭ ਜਾਣਾ ਇਹਦਾ, ਵੀ ਇਹ ਕਿਸ ਤਰ੍ਹਾਂ ਬਣਿਆ ਸੀਗਾ, ਕਿਸ ਤਰ੍ਹਾਂ ਨਹੀਂ ਬਣਿਆ ਸੀਗਾ। ਪੁਰਾਣੀ ਗਜਟ ਦੇ ਵਿੱਚ ਸਾਰਾ ਰਿਕਾਰਡ ਨਿਕਲਿਆਉਣਾ। ਇਹਦੇ ਨਾਲ ਦਾ ਹੀ ਇੱਕ ਬਾਗ ਜੈਪੁਰ 'ਚ ਹੈ, ਜਿਹੜਾ ਕਿ ਮਤਲਬ ਬੜਾ ਪੁਰਾਣਾ, ਉਸੇ ਦੌਰ ਦਾ ਹੈ, ਅਕਬਰ ਬਾਬਰ ਦੇ ਦੌਰ ਦਾ ਉਹ ਬਾਗ ਹੈ ਔਰ ਸੇਮ ਇਸੇ ਤਰੀਕੇ ਨਾਲ ਬਣਾਇਆ ਹੋਇਆ। ਅਤੇ ਜਿਹੜਾ ਸਾਡਾ ਪਹਿਲਾ ਸੀ, ਦ ਫਸਟ ਥਿੰਗ ਵਾਟ ਯੂ ਕਾਲ ਦੈਟ, ਸਵਦੇਸ਼ ਸਰਕਿਟ, ਸਵਦੇਸ਼ ਸਰਕਿਟ ਦੇ ਵਿੱਚ ਅਸੀਂ ਜਿਹੜਾ 100 ਕਰੋੜ ਰੁਪਈਆ ਅਲੋਟ ਕਰਾਇਆ, ਉਹਦੇ ਵਿੱਚ ਕਲਾਨੌਰ ਦੇ ਵਾਸਤੇ 7 ਕਰੋੜ ਰੁਪਈਆ, ਪਰ ਸਾਡੇ ਕੋਲ ਕਰੀਬ ਕਰੀਬ 44 ਕਰੋੜ ਰੁਪਈਆ ADB ਦਾ ਪਿਆ। ਅਸੀਂ ਇਹਨੂੰ ਵਧਾ ਸਕਦੇ ਹਾਂ, ਇਹਨੂੰ ਘਟਾ ਸਕਦੇ ਹਾਂ, ਜਿਹਦੀ ਕੋਠੀ ਦਾਣੇ ਉਹਦੇ ਕਾਮਲੇ ਵੀ ਸਿਆਣੇ, ਸਾਡੇ ਕੋਲ ਦਾਣੇ ਹੈਗੇ ਆ ਪੂਰੇ। ਨਹੀਂ ਨਹੀਂ, ਜਗ੍ਹਾ ਅਸੀਂ ਲੈ ਚੁੱਕੇ ਹਾਂ ਆਲਰੇਡੀ, ਭਾਅ ਜੀ ਨਾਲ ਗੱਲ ਹੋ ਚੁੱਕੀ ਹੈ। ਜਗ੍ਹਾ ਅਸੀਂ ਕਰੀਬ ਕਰੀਬ ਇਹਦੇ ਆਲੇ ਦੁਆਲੇ 4 ਏਕੜ ਲਵਾਂਗੇ ਅਤੇ 1.5 ਏਕੜ ਅਪਰੋਚ ਰੋਡ ਦੀ ਲਵਾਂਗੇ, ਅਤੇ ਜਿਨ੍ਹਾਂ ਦੀ ਲਵਾਂਗੇ ਉਹਦੇ ਨਾਲ ਦੁੱਗਣੀ ਤਿੱਗਣੀ ਜਿਹੜੀ ਜ਼ਮੀਨ ਹੈ ਉਹ ਐਕਸਚੇਂਜ ਹੋ ਜੂਗੀ ਸ਼ਾਮ ਨਾਲ। ਕਿੰਨੇ ਸਮੇਂ 'ਚ ਪੂਰਾ ਹੋ ਜਾਵੇਗਾ ਇਹ? ਵਾਟ ਸ਼ੁੱਡ ਬੀ ਦ ਟਾਈਮ ਲਿਮਿਟ? 2 ਸਾਲ ਡੇਢ ਨਹੀਂ, ਅਸੀਂ 6 ਮਹੀਨੇ ਵੱਧ ਹੀ ਲੈ ਕੇ ਚੱਲੋ, ਪਰ 2-2.5 ਸਾਲ 2.5 ਸਾਲ ਦੇ ਵਿੱਚ ਅਸੀਂ ਇਹਨੂੰ ਇੰਨਾ ਸੋਹਣਾ ਬਣਾ ਕੇ ਮਤਲਬ ਸੈਲਾਨੀਆਂ ਦੇ ਲਈ ਇੱਕ ਖਿੱਚ ਦਾ ਕੇਂਦਰ ਬਣਾ ਲਿਆ। ਸਿੱਧੂ ਸਾਹਿਬ ਜਿਸ ਦਿਨ ਮਿਨਿਸਟਰ ਬਣੇ, ਪਹਿਲੇ ਦਿਨ ਇਹਨਾਂ ਨੇ ਅਕਬਰੇ ਤਖ਼ਤੇ ਅਕਬਰੀ ਦਾ ਇਹਨਾਂ ਨੇ ਕਿਹਾ ਕਿ ਨਾਲ ਹੀ ਮੰਦਰ ਜਿਹੜਾ ਸ਼ਿਵਜੀ ਮੰਦਰ ਔਰ ਬੰਦਾ ਬਹਾਦਰ ਜੀ ਦਾ ਗੁਰਦੁਆਰਾ, ਇਹਨਾਂ ਨੇ ਤਿੰਨਾਂ ਨੇ ਇੱਦਾਂ ਕਿਹਾ ਕਿ ਮੈਂ ਕਲਾਨੌਰ 'ਤੇ ਕਰਨਾ ਚਾਹੁੰਦਾ। ਉਸ ਟਾਈਮ ਹੁਣ ਤੱਕ ਇਹਨਾਂ ਨੇ ਸਾਰਾ ਕੁਝ ਕੰਪਲੀਟ ਕਰਕੇ ਪੈਸੇ ਲੈ ਕੇ ਅਤੇ ਅੱਜ ਉਹਨੂੰ ਦੇਖਣ ਆਏ ਨੇ ਅਤੇ ਇਹਦੇ ਬਾਅਦ ਜਿਹੜਾ ਉਹਨੂੰ ਸਟਾਰਟ ਕੀਤਾ ਜਾਏਗਾ। ਔਰ ਮੇਰੇ ਖਿਆਲ ਹੈ ਕਿ ਬੜੀ ਹਿਸਟੋਰੀਕਲ ਗੱਲ ਹੈ, ਕਈ ਗਵਰਨਰ ਇੱਥੇ ਆਏ 1980 ਦੇ ਵਿੱਚ, ਮੀਨੋਦੀਨ ਅਹਿਮਦ ਖਾਨ ਗਵਰਨਰ ਹੁੰਦੇ ਸੀ, ਫਿਰ ਸਤਾਰਾ ਵਾਲਾ ਵੀ ਆਏ ਅਤੇ ਅੱਜ ਉਹ ਜਿਹੜੀ ਇੰਨੀ ਦੇਰ ਦੀ ਗੱਲ ਚੱਲੀ ਆ ਉਹ ਸਿੱਧੂ ਸਾਹਿਬ ਪੂਰੀ ਕਰਕੇ ਕਿ ਇਹੋ ਜਿਹੇ ਇੱਕ ਸੈਕੂਲਰ ਰਾਜੇ ਦਾ, ਅਕਬਰ ਦਾ, ਜਿਹਨੇ ਸਾਰਿਆਂ ਧਰਮਾਂ ਦਾ ਸਤਿਕਾਰ ਕੀਤਾ, ਜਿੱਥੇ ਅੱਜ ਉੱਥੇ ਤਾਜਪੋਸ਼ੀ ਜਿੱਥੇ ਹੋਈ ਸੀ ਉਸ ਨੂੰ ਇਹਨਾਂ ਨੇ ਕੰਪਲੀਟ ਕਰਕੇ, ਵਾਕਈ ਇਹ ਬੜੀ ਵੱਡੀ ਹਿੰਦੁਸਤਾਨ ਦੇ ਲਈ ਨਹੀਂ, ਪੂਰੇ ਜਿੱਥੋਂ ਤੱਕ ਉਹਨਾਂ ਦਾ ਰਾਜ ਰਿਹਾ ਅਕਬਰ ਦਾ, ਉੱਥੋਂ ਤੱਕ ਲੋਕਾਂ ਨੂੰ ਇਹ ਚੀਜ਼ ਨਾਲ
ਖੁਸ਼ੀ ਮਹਿਸੂਸ ਕਰ ਰਹੀ। ਅਜੇ ਤਾਂ ਪਹਿਲਾਂ ਛੇ ਮੰਦਰ ਔਰ ਬਾਬਾ ਬੰਦਾ ਬਹਾਦਰ ਔਰ ਇਹਨਾਂ ਨੂੰ ਤਿੰਨਾਂ ਨੂੰ ਜਿਹੜੇ ਪੈਸੇ ਦੇ ਕੇ ਚੱਲੇ ਨੇ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ, ਇਹਨਾਂ ਲਈ ਇਹਨਾਂ ਨੇ ਆਖਿਆ ਇਹਨਾਂ ਪੈਸੇ ਅਨਲਿਮਿਟਿਡ ਕਹਿ ਦਿੱਤੇ ਕਿ 8 ਕਰੋੜ ਤੋਂ ਲੈ ਕੇ 15 ਕਰੋੜ ਰੁਪਇਆ ਇੱਥੇ ਖਰਚ ਕੀਤਾ ਜਾਵੇਗਾ।